ਸਾਨੂੰ ਦਿਓ ਤਾਂ ਹੀ ਤੁਹਾਡਾ ਰਿਕਾਰਡ ਲੱਭਾਂਗੇ। ਫਿਰ ਉਹਦੀ 50 ਰੁਪਏ ਉਹਨੂੰ ਦਿੱਤੇ, ਉਹਨੇ ਪੰਡ ਲਾ ਲਈ, ਭੂੰਡ ਲਾ ਲਈ ਇੱਥੋਂ ਦੀ, ਭੂੰਡ ਵਾਲੀ ਪੰਡ ਲਾ ਲਈ, ਉਹਦੇ ਵਿੱਚੋਂ ਕੱਢਿਆ, ਉਹ ਫੋਲੀ ਗਿਆ ਇਸ ਤਰ੍ਹਾਂ ਗੜੀ, ਉਹ ਜੋ ਫੋਲੀ ਗਿਆ ਉੱਥੇ ਆ ਗਿਆ ਈਸ਼ਰ ਸਿੰਘ, ਤਾਰਾ ਸਿੰਘ ਦੇ ਹਜ਼ਾਰਾਂ, ਉਹ ਮੈਂ ਕਿਹਾ ਇਹੀ ਆ ਸਾਡੀ, ਉਹ ਅੱਗੋਂ ਚੂਹਾ ਖਾ ਗਿਆ ਸੀ। ਬੜੀ ਮਿਹਨਤ ਕੀਤੀ ਸਾਡੇ ਪਿਓ ਨੇ, ਕਹਿੰਦੇ ਨੇ ਕਹਿੰਦਾ ਜੀ ਮੈਂ ਤਾਂ ਮੈਂ 6 ਪੀਪਿਆਂ ਦਾ ਗੰਨਾ ਚੁੱਕ ਲਈਦਾ ਸਾਂ, ਜਿਹਦੇ 6 ਪੀਪੇ ਜਦੋਂ ਇਹਦਾ ਛੱਪੜ ਹੁੰਦਾ ਸੀ ਉੱਥੇ, ਤਾਂ ਕਹਿੰਦਾ ਮੈਂ ਸਾਰੇ ਵਿਹੜੇ ਦੀਆਂ ਮੱਝਾਂ ਖੋਲ੍ਹ ਕੇ ਲਿਜਾਣੀਆਂ। ਉੱਥੇ ਕਹਿੰਦੇ ਰੋਈ ਦੇ ਵਿੱਚ ਸੱਪ ਹੁੰਦਾ ਸੀ ਬੜਾ ਤਗੜਾ, ਉਹ ਮੱਝ ਚੁੰਘ ਜਿਆ ਕਰੇ, ਬੁਰੀ ਮੱਝ ਹੁੰਦੀ ਸੀ, ਸੁਣੀਏ, ਉਹ ਮੱਝ ਚੁੰਘ ਜਿਆ ਕਰੇ। ਜਾ ਰਿਹਾ ਉਹਨੂੰ ਇੰਨੀ ਖੁਸ਼ੀ ਹੋਈ, ਕਹਿੰਦਾ ਗੱਲ ਕਰਾਈ ਜਾ ਕੇ ਕਨੇਡਾ, ਉਦੋਂ ਪਹਿਲਾਂ ਕਨੇਡਾ ਗੱਲਾਂ ਕਰਾਈਆਂ ਉਹਨੇ, ਬੜਾ ਨਾਚ ਹੈ। ਇੱਕ ਵਾਰ ਤਾਂ ਜੀ ਮੈਨੂੰ ਸਾਰੇ ਮਿਲਣ ਆਏ ਨੇ ਜਦੋਂ ਮੇਰਾ ਮਲਾਪ ਹੋਇਆ, ਅੱਛਾ ਜੀ, ਅਸਲੀ ਮਿਲਾ ਲਾ ਤੁਹਾਡਾ ਬਾਪੂ ਜੀ, ਬਾਪੂ ਮਿਲਾ ਲਾ, ਵੀਡੀਓ ਵੇਖੀ ਹੈ, ਇਹ ਨਾ ਹੁੰਦੇ ਤਾਂ ਕਿੱਥੇ ਮਿਲਣਾ ਸੀ, ਜਦੋਂ ਨੇ ਕਿਹਾ ਤਾਰਾ ਸਿੰਘ ਹਜ਼ਾਰਾ ਸਿੰਘ ਮੇਰੇ ਭਰਾ ਹਾਂ, ਇੱਕ ਉਹ ਤੇਰੀ ਚਿੱਠੀ ਦਾ, ਉਹ ਤੇਰਾ ਤੇਰੀ ਤੂੰ ਖਾਦ ਕਹਿੰਦਾ ਸੀ, ਕਹਿੰਦਾ ਜਾਂਦਾ ਜਦੋਂ ਤੇਰਾ ਮੈਂ ਖਾਦ ਪੜਦਾ ਮੈਂ ਠੀਕ ਹੋ ਜਾਣਾ, ਉਹ ਤੁਹਾਡੇ ਫੁੱਫੀ ਦੇ ਭਰਾ ਮੁੰਡੇ, ਫੁੱਫੀ ਦਾ ਪੁੱਤਰ ਸੀ ਤੇ ਵਡੇਰਾ, ਤੇ ਉਹਨਾਂ ਦਾ ਪਤਾ ਨਹੀਂ ਤੈਨੂੰ ਕਿੱਥੇ ਹਨ ਹੁਣ, ਉਹ ਉਹਦੇ ਵੀ ਰਹੇ ਨੇ ਤੁਹਾਡੇ ਕੋਲ ਵਡੇਰਿਆਂ ਕੋਲ। ਅੱਛਾ ਵੱਡਿਆਂ ਕੋਲ, ਉਹ ਜਦੋਂ ਪੁਆਈ ਮੇਰੀ ਪੁਆਈ ਸਾਡੇ ਨਾ ਉੱਥੇ, ਮੈਂ ਨਹੀਂ ਪੁਆਈ ਕਿਤੇ, ਮੈਨੂੰ ਅਸੀਂ ਤੂੰ ਕਰ, ਉਹ ਗੱਲ ਮੇਰਾ ਭਰਾਵਾ ਪੁਆਈ ਨਹੀਂ, ਉਹ ਨਹੀਂ ਮੈਂ ਤੁਹਾਨੂੰ ਦੱਸਣਾ, ਉਹ ਸਾਰੀ ਗਲਤੀ ਤੇਰੀ, ਹੁਣ ਸੱਚੀ ਗੱਲ ਦੱਸ, ਮੈਂ ਤੇ ਆਪਣੇ ਜੁਨਾ ਨਹੀਂ ਸੁਣਦੇ ਲੈ, ਹੁਣ ਮੈਂ ਸੱਚ ਗੱਲ ਦੱਸਾਂ, ਤੇਰੀ ਫੁੱਫੀ ਕਿੰਨੇ ਤੇ ਤੂੰ ਸਾਰੀ ਹੋਰ ਕਹਾਣੀ ਦੱਸੀ, ਮੇਰੀ ਬੇਬੇ ਗਈ ਨਹੀਂ ਉੱਧਰ ਇੰਡੀਆ 'ਚ, ਕੋਈ ਜ਼ਮੀਨ ਵੀ ਤੇਰੇ ਪਿਤਾ ਦੇ ਨਾਲ ਜ਼ਮੀਨ ਨਹੀਂ ਸੀ, ਅਤੇ ਉਹ ਦੋਵੇਂ ਭੈਣ ਭਰਾ ਹਾਂ, ਦਾਦੇ ਨਾਲ ਫਿਰ ਭਰਾ ਮਰ ਗਿਆ ਜੇਲ੍ਹ 'ਚ, ਅਤੇ ਭੈਣ ਦੇ ਨਾਲ ਟੁਰ ਗਈ, ਉਹ ਭੈਣ ਦੇ ਨਾਲ ਟੁਰ ਗਈ, ਉਹਨੇ ਕੀ ਕਿਹਾ, ਉਹ ਕਹਿਣਗੇ ਮੇਰਾ ਸੱਕਾ ਭਤੀਜਾ ਤਾਂ ਆਇਆ ਨਹੀਂ, ਅਤੇ ਤੁਸੀਂ ਮੇਰੇ ਭਤੀਜੇ ਦੇ ਆ ਲੋਕ ਪਰਚੇ, ਤੁਸੀਂ ਮੇਰੇ ਖੂਨ ਦਾ ਰਿਸ਼ਤਾ ਹੋ, ਉਹ ਸੱਕਾ ਤਾਂ ਨਹੀਂ ਆਇਆ ਪਾਕਿਸਤਾਨੋਂ, ਮੈਂ ਬੜੇ ਤਰਲੇ ਲੈ ਨੇ, ਪੁਲਿਸ ਵੀ ਭੇਜੀ ਹੈ, ਅਤੇ ਮੇਰੇ ਅੱਬਾ ਨੂੰ ਕਹਿਣ ਲੱਗੀ ਤਾਂ ਅਸੀਂ 3 ਘਰ ਸਾਂ, ਗਿਆਨੀ ਦਾ ਘਰ, ਅਤੇ ਤਾਰਾ ਸਿੰਘ, ਹਜ਼ਾਰਾ ਸਿੰਘ, ਅਤੇ ਇੱਕ ਈਸਰ ਕੇ, ਉਹ ਜਿਹੜਾ ਜਿਹੜੀ ਅਸੀਂ ਦੱਸਦੇ ਜ਼ਮੀਨ ਖਰੀਦੀ ਭੂੰਡੀ ਵਾਲੇ ਇੱਥੇ, ਨਾਲ ਉਹ ਜ਼ਮੀਨ ਕਿਵੇਂ ਖਰੀਦੀ, ਉਹ ਜ਼ਮੀਨ ਇਸ ਤਰ੍ਹਾਂ ਖਰੀਦੀ, ਉਹ ਸਾਡੇ ਮੇਰੀ ਦਾਦੀ ਸਾਡੀ ਦਾਦੀ ਨੇ ਰੁਪਈਏ ਸੰਭਾਲੇ, ਮੇਰੇ ਪਿਤਾ ਦੀ ਦਾਦੀ ਨੇ, ਉਹ ਕਹਿਣ ਲੱਗੀ ਚਲੋ ਮੇਰੇ ਪੁੱਤਰਾਂ ਨੇ ਜ਼ਮੀਨ ਲੈਣੀ ਹੈ, ਅਤੇ ਚਾਂਦੀ ਦੇ ਰੁਪਈਏ ਹੁੰਦੇ ਹਨ ਉਹ ਟਾਈਮ, ਤੋ ਕਹਿੰਦੀ ਪਤਾ ਨਹੀਂ ਚੜ੍ਹਦੇ ਵਾਲੀ ਲਹਿੰਦੇ ਵੱਲ ਖਾਲੀ ਆਹ ਛੱਪੜ ਹੁੰਦਾ ਇੱਥੇ, ਉਹ ਆਦੀ ਹੈ ਉੱਥੇ, ਮਤਲਬ ਉਹ ਸਿਗਲੀ ਘਰ ਆ ਕੇ ਬਹਿ ਗਏ, ਉਹ ਸਿਗਲੀ ਦਾ ਮੇਰੇ ਉਹ ਕਹਿੰਦੀ ਦਾਦੀ ਸਾਡੀ ਨੇ ਪੁੱਤਰਾਂ ਨੇ ਜਾਣਾ ਸੀ ਕਰਾਣ ਗੁਜਰਾਂ ਵਾਲੇ, ਇਹ ਜਿਹੜੀ ਭੂੰਡ ਵਾਲੀ ਜ਼ਮੀਨ ਸੀ, ਦੋ ਹੋਏ ਸੀ ਤਾਰਾ ਸਿੰਘ, ਹਜ਼ਾਰਾ ਸਿੰਘ, ਅਤੇ ਈਸ਼ਰ ਸਿੰਘ, ਇਹ 3 ਹਿੱਸੇਦਾਰ ਸਨ, ਉਹ ਰਾਤ ਨੂੰ ਗੁੜ ਬੰਨਿਆ ਨਾਲ ਰੋਟੀ ਰੋ, ਕਿਤੇ ਕੁੱਤਾ ਰਾਤ ਨੂੰ ਆ ਦੋ, ਉਹ ਪਰਨਾ ਖਿੱਚ ਕੇ ਸਣੇ ਰੋਟੀ ਲੈ ਗਿਆ ਬਾਹਰ ਕਿਤੇ ਜ਼ਮੀਨ 'ਚ ਕਣਕ ਦੇ ਵਿੱਚ, ਉਹ ਜਿਹੜੇ ਲੱਭਦੇ ਪੈਨੂੰ ਜਦੋਂ ਦੋਵੇਂ ਭਰਾ ਤਾਰਾ ਸਿੰਘ ਯਾਰ, ਹੁਣ ਸਾਡੀ ਹੱਕ ਦੀ ਕਮਾਈ, ਤੂੰ ਮੇਰੀ ਦਾਦੀ ਕਹਿਣ ਲੱਗੀ ਪੁੱਤਰੋ ਕੋਈ ਗੱਲ ਨਹੀਂ ਤੁਹਾਡੀ ਹੱਕ ਦੀ ਕਮਾਈ ਤੁਹਾਨੂੰ ਮਿਲ ਜਾਏਗੀ, ਕਹਿੰਦੇ ਖੱਤਰੀ ਹੋਣਾ ਇੱਥੇ ਤੁਹਾਡੇ ਪਿੰਡ, ਉਹ ਕਹਿੰਦੇ ਜੰਗਲ ਪਾਣੀ ਗਿਆ ਬਾਹਰ, ਤੂੰ ਲਿਆ ਕੇ ਲਿਆ ਕੇ ਸਾਡੀ ਦਾਦੀ ਨੂੰ ਆਵੇ ਤੇਰੇ ਪੁੱਤਰਾਂ ਦੀ ਹੱਕ ਦੀ ਕਮਾਈ, ਉਹਨੇ ਰੁਪਈਏ ਫੜਾ ਦਿੱਤੇ, ਫਿਰ ਉਹ ਦੂਜੇ ਦਿਨ ਜਾ ਕੇ ਰਜਿਸਟਰੀ ਕਰਾਈ, ਉਹ ਜ਼ਮੀਨ ਜਿਹੜੀ ਫਿਰ ਦੱਸਣ ਚਾਚਾ ਕੀ ਹੋਇਆ, ਉਹਨੇ ਇਕੱਲੇ ਨੇ ਕਰਾ ਲਈ, ਉਹ ਨਹੀਂ ਨਹੀਂ ਨਾ ਨਾ ਨਾ, ਜ਼ਮੀਨ ਤਿੰਨਾਂ ਦੇ ਨਾਂ ਹੋਈ ਹੈ, ਤਾਰਾ ਸਿੰਘ, ਹਜ਼ਾਰਾ ਸਿੰਘ ਅਤੇ ਈਸ਼ਰ ਸਿੰਘ ਦੇ ਨਾਂ, ਉਹ ਜਦੋਂ ਮੈਂ ਕਿਤੇ ਮੈਂ 90 'ਚ ਆਇਆ ਪਟਿਆਲੇ ਕਰਨ ਵਾਲੋਂ, ਤੋ ਇੱਕ ਇੱਥੇ ਬੁੜਾ ਹੁੰਦਾ ਸੀ ਇੱਧਰ ਦਾ, ਉਹ ਨਹੀਂ ਯਾਰ ਛਾਵੇਂ ਬਾਂਗੇ ਧੁੱਪੇ, ਤਾਂ ਤੂੰ ਐਵੇਂ ਭਾਜਦਾ ਜਿਵੇਂ ਬਾਬਾ ਆਪੇ ਉੱਠ ਕੇ ਭਾਜੇਗਾ, ਅਜੇ ਬਾਂਗੇ ਧੁੱਪੇ ਪੁੱਤਰੋ, ਅਤੇ ਉਹ ਦੂਜਾ ਆਪਣਾ ਉਹਨੇ ਜੋ ਰਿਸ਼ੀ ਉਹ ਆਪਣਾ ਘਰਵਾਲੀ, ਉਹ ਮੈਂ ਦੱਸਾਂ ਉਹਨੂੰ ਬੁੱਢਾ ਕਹਿਣ ਲੱਗਾ ਤੁਹਾਡੀ ਜਲੰਧਰ ਚਲੀ, ਉੱਥੇ ਜ਼ਮੀਨ ਹੈਗੀ ਹੈ, ਅਸੀਂ ਉਹਦੇ ਨਾਲ ਆ ਗਏ, ਅਸੀਂ ਜਦੋਂ ਚਾਚਾ ਜਲੰਧਰ ਆਏ ਤਾਂ ਉੱਥੇ ਖੱਤਰੀ ਬੈਠਾ ਇੱਕ ਇੱਧਰ ਪਾਕਿਸਤਾਨੀ, ਉਹਨੇ ਤੁਰਲਾ ਕੱਢਿਆ ਅਤੇ ਅਸੀਂ ਆਖਿਆ ਜੀ ਜ਼ਮੀਨ ਲੱਭਣੀ ਹੈ, ਅਤੇ ਉਹ ਕਹਿੰਦਾ ਜ਼ਮੀਨ ਲੱਭ ਜਾ 100 ਰੁਪਈਆ ਦਿਓ, ਅਸੀਂ ਮਹਾਰਾਜ ਜਦੋਂ ਉਹਨੂੰ 100, ਅਸੀਂ ਮੈਂ ਤਾਂ ਮੇਰੇ ਤੋਂ ਵੱਡਾ ਭਰਾ, ਅਸੀਂ ਉਹਨੂੰ 100 ਰੁਪਈਆ ਦਿੱਤਾ, ਉਹ ਕਹਿੰਦਾ ਉਹ ਪਿੱਛੇ ਚਲੇ ਜਾਓ, ਉੱਥੇ ਗਿਆ ਕਹਿੰਦਾ 50 ਰੁਪਈਏ, ਉਹ ਕਹਿੰਦੇ ਸਾਨੂੰ ਦਿਓ ਤਾਂ ਹੀ ਤੁਹਾਡਾ ਰਿਕਾਰਡ ਲੱਭਾਂਗੇ, ਫਿਰ ਉਹਦੀ 50 ਰੁਪਈਏ ਉਹਨੂੰ ਦਿੱਤੇ, ਉਹਨੇ ਪੰਡ ਲਾ ਲਈ, ਭੂੰਡ ਲਾ ਲਈ ਇੱਥੋਂ ਦੀ, ਭੂੰਡ ਵਾਲੀ ਪੰਡ ਲਾ ਲਈ, ਉਹਦੇ ਵਿੱਚੋਂ ਕੱਢਿਆ ਉਹ ਫੋਲੀ ਗਿਆ ਇਸ ਤਰ੍ਹਾਂ ਗੜੀ, ਉਹ ਜੋ ਫੋਲੀ ਗਿਆ ਉੱਥੇ ਆ ਗਿਆ ਈਸ਼ਰ ਸਿੰਘ, ਤਾਰਾ ਸਿੰਘ ਦੇ ਹਜ਼ਾਰਾਂ, ਉਹ ਮੈਂ ਕਿਹਾ ਇਹੀ ਆ ਸਾਡੀ, ਉਹ ਅੱਗੋਂ ਚੂਹਾ ਖਾ ਗਿਆ ਸੀ ਅਗਰ ਰਿਕਾਰਡ, ਉਦੋਂ ਬਾਅਦ ਉਹਨੇ ਸਾਨੂੰ ਕਹਿਣ ਲੱਗੇ ਜਦੋਂ ਪੰਜਾਬ ਅਤੇ ਹਰਿਆਣਾ ਬਣਿਆ ਹੈ ਇਹ ਰਿਕਾਰਡ ਜਿਹੜਾ ਇਹਦੇ 'ਚ ਅੱਧਾ ਜਿਹੜਾ ਉਹ ਹਰਿਆਣੇ 'ਚ ਟੁਰ ਗਿਆ ਜੀ, ਮਾਰ ਹੀ ਮਿਲੇਗਾ, ਉਹਦੇ ਪਟਿਆਲੇ ਇੱਕ ਮੇਰਾ ਚੰਗਾ ਸੱਜਣ ਸੀ ਤਹਿਸੀਲਦਾਰ, ਅਤੇ ਉਹ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡੇ ਨਾਲ ਚੰਗਾ ਰਿਕਾਰਡ, ਜਦੋਂ ਉੱਥੇ ਗਏ ਅਸੀਂ
रिकॉर्ड सानू उतों भी मिल गया। तो वो कहने वो तो कल ही हूँ यह नहीं पता सच दसा मैंने, चलो मेरा मेरे तो जन्म बहुत बाद हो पता नहीं, वो तारा सिंह ईश्वर सिंह दोवें खा गए। मेरा प्यो तो झोटे कुटर दी रब न याद करने वाला, मेहनत इन्नी करने वाली हद तो बड़ी मेहनत की। साढ़े प्यो ने कहते ने कहना मैं छे पीपिया का गन्ना चुक ली दस जो छे पीपे रस निकल इन्नी ताकत सी, इन्ना बांध इन्नी ताकत खाल करना। ये करा कहते बड़ी पुरानी गल है, कहें इतने कोई इतने जंगल होएगा इधर बार जो छप्पड़ हों से उत्तर, कहना मैं सारे वेड़े दियाँ मझा खोल के ले जानियाँ उत्ते, कहते रोई के सप्प हों बड़ा तगड़ा, वो मझ चुंग जे करे बुरी मझ होती है सुनिए, वो मझ चुंग जे करे वो आखे जो मझ शाम घर आए मझ नेड़े ना आ जाए, कहते गल की मझ थले दुध को नहीं। तो एक दिन कहना मेरे उन्हें पता कि बापू ने चपेड़ा मारिया, कहना मज तू चुंगा उ पिछे जा रहा सिया, वह कहना नहीं मैं मज चार किलो ना। उन्हें एक दिन मुंडिया ने शेड़ुआ ने सारे वेख्या मज जो बड़ी छप्पड़ के उन्हें पा के जूड़ तो चूंगे पै तो सारे झिग उपर आई जाए, उन्हें आ गया उन्हें खोडे तो बंद कर दी। जो सब सप तो मज चुंग के बहर आया वेख के देना, मेरे प्यो कहते शाम वाली डांग होंगी होर भी पांच सत्त मुंडे हाँ, कहने सप अज मार देना है। सप कहिंदा बंदे दे सिर जिन्ना खड़ा हो गया उत्ते चढ़ जावे, मैं दूजे भज गए मैं वाह डांगा मारी गया, सप का लक टुट गया फिर वो खड़ो गया। फिर एक कहन लगे तुहाडे वर्गा, कहिंदा एक सियाणा आया वह कहिंदा फांडे दी डांग मार, वो ठांगे जो फांडे डांग मारी फिर सप मरिया। साडा दादे गल सुणांदे बापू होर सुणांदा लई गल्लां दे हां निक्के निक्के होणा कहिंदा उहना गल सुणानी करनी बिल्कुल ऐ सप होणा कहिंदा दुध चुंग जाणा चुंग जांदा ही हां मर जारा सी ਬੜੀ ਗੱਲ ਸੀ ਬੜੀ ਗੱਲ। ਉਹ ਤੁਹਾਡੀ ਮਾਤੇ ਘੋਰ ਆਈ ਸੀ ਕਿਦੋਂ ਜਾਂਦੇ ਨਾ ਉਹ ਕਿਹੜੇ ਬਾਪੂ ਨੂੰ ਜਾਂਦੇ ਉੱਥੇ ਗਏ ਨਾ ਅੱਬੇ ਵਡੇਰੀ ਦਾਦੇ ਰੀ, ਉਹਨਾਂ ਸਾਰਾ ਬਾਜ਼ਾਰ ਫੜਾਣਾ ਕਰਨਾ ਇੱਕ ਪੈਨਸਲ ਲੈਣੀ ਤੇ ਸੌ ਦੁਕਾਨ ਫੜਾਣੀਆਂ ਹੈ ਪੁੱਤਰ ਮੁੱਲ ਮੱਤ ਆਉਂਦੀ ਹੈ ਫਿਰ ਕੇ ਸ਼ਹਿ ਲੈਣੀ ਨਾ ਸਭ ਤੋਂ ਸਸਤੀ ਕਿੱਥੇ ਮਿਲਦੀ ਕਿੱਥੇ ਮਿਲਦੀ ਸਭ ਤੋਂ ਸਸਤੀ ਟ੍ਰੇਨ ਉਹ ਹਾਂ ਨਿੱਕੇ ਨਿੱਕੇ ਹੋਣਾ ਕਹਿੰਦਾ ਬਾਜ਼ਾਰ ਹੀ ਲੈ ਜਾਣਾ ਕਹਿੰਦਾ ਉਹਨਾਂ ਹੈ ਫਿਰ ਫੜਾ ਫੜਾ ਕੇ ਫੜਾ ਫੜਾ ਕੇ ਹਾਂਗੇ ਬਾਬਾ ਸ਼ਹਿ ਲੈਣੀ ਚਲੀਏ ਘਰ ਦਾਦਾ ਉਹਨਾਂ ਨੇ ਇੰਜ ਨਹੀਂ ਪਤਾ ਬੜੀ ਗੱਲ ਬੜੀ ਗੱਲ ਆਉਂਦੇ ਨੇ ਕਿਉਂ ਕਹਿੰਦੇ ਉਹ ਪਹਿਲਾਂ ਬੁੱਢੇ ਆਉਂਦੇ ਹੁੰਦੇ ਆ ਤਾਂ ਕਹਿੰਦੇ ਘੁਮਿਆਰ ਜਿਹੜੀਆਂ ਬੀਬੀਆਂ ਚਵਾਨੀ ਦੀ ਦਵਾਨੀ ਦੀ ਪਤਾ ਨਹੀਂ ਉਹ ਬਟੋਈ ਆਉਂਦੀ ਉਹ ਵੀ ਠੂਕੇ ਮਾਰ ਮਾਰ ਵੇਖਦੀਆਂ ਕਿਤੇ ਸਾਗ ਧਰ ਜਾਣਾ ਪਟਾਕਾ ਮਾਰ ਜਾਏ ਚੁੱਲ੍ਹੇ 'ਤੇ ਚੁੱਲ੍ਹੇ ਦੇ ਉੱਤੇ ਉਹ ਵੀ ਟਕਰਾ ਕੇ ਵੇਖ ਲੈਂਦੀਆਂ। ਸਮੇਂ ਦੀਆਂ ਗੱਲਾਂ ਸਮਾਂ ਸਮਾਂ ਸਮਰੱਥ ਬੜੀ ਚੀਜ਼ ਸੀ ਉਹ ਸਮਾਂ। ਮੈਨੇ ਤੁਹਾਨੂੰ ਦੱਸਾਂ ਮੈਂ ਤਾਂ ਨਾ ਮੈਂ ਯਾਰਾਂ ਸਿੰਘ ਦੇ ਘਰ ਹੀ ਬੈਠਾ ਵਿੱਚ ਇਸ ਧਰਤੀ ਤੋਂ ਪਲੇ ਨੇ ਜੰਮੇ ਨੇ ਇਹਨਾਂ ਗਲੀਆਂ ਦੇ ਵਿੱਚ ਸਾਡੇ ਵੱਡੇ ਵਡੇਰੇ, ਇੰਨੀ ਵੱਡੀ ਕਿਰਪਾ ਸੀ ਰਹਿਮਤ ਖੁਦਾ ਦੀ ਬਹੁਤ ਰਹਿਮਤ ਸੀ ਬਹੁਤ ਰਹਿਮਤ। ਅੱਛਾ ਮੇਰੀ ਅੰਮਾ ਪਤਾ ਕੀ ਆਉਂਦੀ ਸੀ ਆਉਂਦੀ ਹੈ ਇਹ ਜਿਹੜੇ ਉਹ ਮੈਂ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸੁਣਾਉਂਦਾ ਮੇਰਾ ਤਾਂ ਦੂਜਾ ਮੇਰੀ ਤਾਂ ਪੈਦਾਇਸ਼ ਹੈ ਸੰਨ 65 ਦੀ ਉਦੋਂ ਸਾਡਾ ਵੱਡਾ ਭਰਾ ਫੌਜੀ ਜਿਹੜਾ ਤੇਰੇ ਨਾਲ ਸ਼ੀਸ਼ਾ ਖੇਡਦਾ ਰਿਹਾ ਉਹਦਾ ਪੰਜ ਸਾਲ ਉਹਨੇ ਲੜਾਈ ਲੜੀ ਸੀ ਉਹਦੇ 65 ਦੀ ਉਹ ਫੌਜ 'ਚ ਹੋਇਆ ਸੀ ਵੱਡਾ ਸਾਡਾ ਅਤੇ ਉਹ ਦੂਜਾ ਮੇਰੀ ਅੰਮਾ ਦਾਦੀ ਹੁੰਦੀ ਸੀ ਤੁਹਾਡਾ ਨਾ ਕਹਿੰਦੀ ਜਿਹੜੀ ਤੁਹਾਡਾ ਵੱਡਾ ਸੀ ਜਿਹੜਾ ਬੂਟਾ ਅਤੇ ਉਹ ਦੋ ਭਰਾ ਹਨ ਅਤੇ ਤੂੰ ਫਿਰ ਬਾ ਹੁਣ ਪਤਾ ਲੱਗਿਆ ਤੂੰ ਇਕੱਲਾ ਹੈ ਉਹ ਇਹ ਦੋ ਇਹ ਸਨ ਚਾਚੇ ਮੋਹਰ ਨਹੀਂ ਦੋ ਇਹ ਤੁਹਾਡਾ ਤਾਇਆ ਹੀ ਚਾਚਾ ਛੋਟਾ ਤੇਰੇ ਦਾਦੇ ਦਾ ਪਿਓ ਭਰਾ ਭਰਾ ਤਿੰਨ ਦਾ ਦੋ ਹਨ ਛੋਟਾ ਮਰ ਗਿਆ ਆਹੋ ਇਹ ਦੋ ਨਹੀਂ ਚਾਚੇ ਮੋਹਰ ਦੋ ਭਰਾ ਹੈ ਦੋ ਹਾਂ ਆਹੋ ਤੋਂ ਫਿਰ ਉਹ ਭੁਲੇਖਾ ਲੱਗਦਾ ਸੀ ਮੇਰੀ ਅੰਮਾ ਨੂੰ ਫਿਰ ਕੀਤਾ ਵਿਆਹ ਉਹਨੇ ਚ ਫਿਰ ਇੱਕ ਭਰਾ ਇਹਦਾ ਆਇਆ ਉਹਨਾਂ ਦਾ ਬੇਟਾ ਜੀ ਹਾਂ ਸਮਝ ਗਿਆ ਮੈਂ ਇੱਕ ਉਹ ਹੀਰਾ ਜੇ ਇੱਕ ਹੋਰ ਜੇ ਉਹ ਮਸ਼ੀਨਾਂ ਵਾਲਾ ਹਾਂਜੀ ਹਾਂਜੀ ਉਹ ਤਿੰਨ ਭਾਈ ਫਿਰ ਠੀਕ ਠੀਕ ਬਾਬੇ ਨੇ ਦੂਜਾ ਵਿਆਹ ਕੀਤਾ ਹਾਂ ਸਮਝ ਗਿਆ ਉਹਨਾਂ ਹਾਂ ਲਓ ਪਹਿਲੇ ਤੁਸੀਂ ਦੋ ਭਰਾ ਇੱਕ ਪਹਿਲਾ ਵਿਆਹ ਪੂਰੀ ਕੀਤਾ ਸੀ ਨਾ ਹਾਂ ਪੂਰੀ ਦੂਜਾ ਉੱਥੇ ਜਿਹੜਾ ਹੈ ਚਾਚਾ ਉਹ ਜਿਹੜਾ ਗਿਆਨੀ ਸੀ ਉਹਦਾ ਮੁੰਡਾ ਛੋਟਾ ਉਹ ਚਾਚੇ ਲੱਗਦਾ ਸੀ ਸਾਡਾ ਤੁਹਾਡਾ ਭਰਾ ਗਿਆਨੀ ਦਾ ਉਹ ਛੋਟੇ ਕਰਨਾਲ ਹੈ ਸਾਡੇ ਕੋਲ ਉਹਦੇ ਕੋਲ ਠਹਿਰਦਾ ਆ ਜਾ ਕੇ ਮੇਰਾ ਪੁੱਤਰ ਦਵਿੰਦਰ ਉਹਦੇ ਬਾਪੂ ਦੀ ਗੱਲ ਕਰਦੇ ਪਏ ਉਹਦੇ ਡੈਡੀ ਬੜਾ ਚੰਗਾ ਬੰਦਾ ਉਹ ਸੁਣੋ ਉਹ ਵੀ ਇੱਥੇ ਹੁੰਦਾ ਸੀ ਇੱਥੇ ਸੀ ਇੱਥੇ ਤੇ ਗਏ ਚਾਚੇ ਹੁੰਦੇ ਹਨ ਇਹਨਾਂ ਸੱਕੇ ਹੁੰਦੇ ਸੱਕੇ ਚਾਚੇ ਸੱਕੇ ਚਾਚੇ ਹਨ ਇਹਨਾਂ ਦੇ ਗੁੰਡਾ ਰੀਤਾ ਜਿਹੜੇ ਦਾਦੇ ਦੇ ਭਰਾ ਹਨ ਦਾਦੇ ਦੇ ਭਰਾ ਹਨ ਸੱਕੇ ਹਾਂ ਗਿਆਨੀ ਰੀ ਗਿਆਨੀ ਈਸ਼ਰ ਸਿੰਘ ਜਿਹੜਾ ਵੱਡਾ ਮੁੰਡਾ ਸੀ ਨਾ ਉਹ ਬੜਾ ਚੰਗਾ ਸੀ ਆ ਜਿਹੜਾ ਰਾਜ ਗੁਜ਼ਰ ਗਿਆ ਤੇ ਉਹ ਦੱਸਾਂ ਚਾਚਾ ਵਰਜਾਨ ਸਿੰਘ ਵੀ ਰਾਜ ਮਰ ਗਿਆ ਉਹ ਵੀ ਬੜਾ ਹਾਂ ਉਹ ਵੀ ਰਾਜ ਹਾਂ
ਦਵਿੰਦਰ ਦਾ ਪਿਓ ਜੀ ਸਾਰਿਆਂ ਤੋਂ ਨਿੱਕਾ ਸੀ, ਉਹਨੂੰ ਅਸੀਂ ਚਾਚਾ ਆਖੀਏ ਕਰੀਏ, ਉਦੋਂ ਉਹ ਹੱਸਣ ਗੱਲ ਚਾਚਾ ਤੁਸੀਂ ਵੱਡੇ ਹੋ ਚਾਚਾ ਤੁਸੀਂ, ਅਸੀਂ ਬੋਲਦੇ ਨਿੱਕੇ ਜੇ, ਫਿਰ ਚਾਚਾ ਤਾਂ ਚਾਚਾ ਹੀ ਹੋ, ਫਿਰ ਗੱਲ ਤਾਂ ਇਸ ਚੀਜ਼ ਦੀ ਹੈ। ਅਤੇ ਉਦਣ ਦੱਸਦਾ ਉਹਦੀ ਗਿਆਨੀ ਦੀ ਦਵਿੰਦਰ ਦੀ ਵੱਡੀ ਭੂਆ ਉੱਥੇ ਵਿਆਹੀ ਹੈ ਸੰਧ, ਅਤੇ ਉਹ ਮਤਲਬ ਆਈ ਅਤੇ ਮੈਂ ਕਿਹਾ ਭੂਆ ਉਦੋਂ ਚਾਚਾ ਆਇਆ ਪਾਕਿਸਤਾਨ ਹੋਰ, ਚਲੋ ਸਾਡੀ ਤਾਂ ਉਦੋਂ ਪੈਦਾਇਸ਼ ਨਹੀਂ ਹੋਈ, ਅਤੇ ਤੂੰ ਵੇਖਿਆ ਕਿ ਨਹੀਂ? ਮੈਂ ਵੇਖਿਆ ਕਿ ਉਹ ਚਾਰ ਭੈਣਾਂ ਨੇ ਦਵਿੰਦਰ ਦੀਆਂ ਭੂਆ, ਗਿਆਨੀ ਦੀਆਂ ਕੁੜੀਆਂ, ਚਲ ਇਕੱਲਾ ਹੀ ਹੋਇਆ। ਉਹ ਕਹਿੰਦੇ ਗਾ, ਉਹ ਕਹਿੰਦੀ ਅਸੀਂ ਕੋਠੇ ਤੋਂ ਵੇਚਣਾ ਕਰਨਾ, ਅਤੇ ਚਾਚੇ ਨੇ ਕੀ ਕਰਨਾ, ਉਹ ਕੁੱਕੜ ਨੂੰ ਲਾਲ ਕਰਨਾ, ਕੁੱਕੜ ਲਾਲ ਕਰਨਾ, ਅਤੇ ਯਾਰ ਚਾਚਾ ਤੜਫਦੇ ਪਈ, ਵੜਦੇ ਹੋਣਾ, ਵੜਦੇ ਵੜਦੇ ਦਾ, ਉਹ ਕਹਿੰਦੀ ਅਸੀਂ ਨਿੱਕੇ ਨਹੀਂ ਹੋਏ ਕੁੱਕੜ ਥੋੜ੍ਹੇ ਹੌਲੀ ਹੌਲੀ ਕਰ ਦੇਣਾ, ਇੰਨਾ ਹੀ ਕਰਨਾ। ਉਹਨੇ ਕਿਹਾ ਚਾਚਾ ਫੇਰਦੇ ਚਲ ਤੜਫ ਗਿਆ, ਇਹੋ ਜਿਹੀਆਂ ਗੱਲਾਂ ਸੁਣਨ ਬੜੀਆਂ ਸੁਣਿਆ। ਅਤੇ ਮੈਂ ਕਿਹਾ ਭੂਆ ਫਿਰ ਸਾਡੇ ਘਰ ਕਿੱਥੇ ਰਹਿੰਦਾ? ਕਹਿੰਦੇ ਤੁਹਾਡੇ ਨਾਲ ਜ਼ਿਆਦਾ ਰਹਿੰਦਾ ਸੀ, ਤੁਹਾਡੇ ਪਰ ਉੱਥੇ ਤੇਰੇ ਡੈਡੀ ਨਾਲ ਉਹਦਾ ਜ਼ਿਆਦਾ ਪਿਆਰ ਸੀ, ਤੁਹਾਡੀ ਮਾਤਾ ਨਾਲ। ਅਤੇ ਉਹ ਮੈਂ ਕਹਿੰਦੀ ਇੱਕ ਦਿਨ ਆਪਣਾ ਮੇਰੀ ਮਾਂ ਨੂੰ ਕਹਿੰਦਾ, ਕਹਿੰਦਾ ਭਰਜਾਈ ਉੱਥੇ ਤਾਂ ਤੂੰ ਮੱਖਣ ਦੇ ਨਹੀਂ ਸੀ, ਉਦੋਂ ਢੋਲ ਤੂੰ ਭਰਾ ਦੇ ਤੂੰ ਪਹਿਲਾਂ ਹੀ ਸਾਰਾ, ਕਹਿੰਦੀ ਉਹਨੇ ਮੇਰੀ ਮਾਂ ਨੇ ਕਿਤੇ ਸਾਰਾ ਠੁੱਲ ਹੀ ਅੱਗੇ ਧਰ ਦਿੱਤਾ, ਸਾਰਾ ਠੁੱਲ ਹੀ ਧਰ ਦਿੱਤਾ। ਇਹਦੀ ਕਿਰਪਾ ਖੁਦਾ ਰਹੀ, ਕਿੰਨੀਆਂ ਯਾਦਾਂ ਵੇਖੋ ਸੁਣਾ ਦਿੱਤੀਆਂ ਤੁਹਾਨੂੰ, ਇਹ ਸਾਨੂੰ ਪਤਾ ਹੀ ਨਹੀਂ ਸੀ। ਚਲੋ ਸ਼ਾਮੇ ਮੈਂ ਤੇ ਕਦੇ ਸੁਣਾ ਰਿਹਾ, ਤੁਸੀਂ ਜਾਓ ਖਾ ਰੋਟੀਆਂ, ਮੈਂ ਆਪਣੇ ਦਾਦੇ ਆਇਆ ਆਪਣੇ ਵਿਹੜੇ ਚ, ਤੁਸੀਂ ਖਾਓ ਫੁਲਕੇ, ਤੁਸੀਂ ਮੇਰੇ ਨਾਲ ਤਾਂ ਹੀ ਕਹਿਣਾ ਤੁਸੀਂ ਖਾ ਲਓ, ਮੇਰੀ ਤਾਂ ਹੁਣ ਭੁੱਖ ਲੈ ਗਈ, ਮੈਂ ਤਾਂ ਕਦੇ ਸੁਣਾ ਲਿਆ ਸਾਰੇ ਵੱਡਿਆਂ ਦੀਆਂ, ਆ ਛੁਰੀ ਵਾਲਿਆਂ ਨੂੰ ਪਤਾ ਕੋਈ ਛੁਰੀ ਵਾਲਿਆਂ ਤੁਸੀਂ ਫੇਰ ਦਿਓ, ਤੁਸੀਂ ਬਗੈਰ ਖਾਣ ਤੋਂ ਹੀ ਰੱਜ ਗਏ ਹੋ, ਤੁਸੀਂ ਬਗੈਰ ਖਾਣ ਤੋਂ ਹੀ ਰੱਜ ਗਏ ਹੋ ਅੱਜ, ਮੈਂ ਚਾਚੇ ਹੋਰਾਂ ਨੂੰ ਮਿਲ ਕੇ, ਮੈਂ ਚਾਚਾ ਕੀ ਚਾਚਾ ਮੇਰੇ ਪੁੱਤਰ ਭਤੀਜੇ ਸਾਰਾ ਖੂਨ ਦਾ ਰਿਸ਼ਤਾ ਉਹਦਾ ਮਿਲ ਕੇ ਆਇਆ, ਕੋਈ ਸ਼ੱਕ ਨਹੀਂ ਸਾਰਿਆਂ ਨੂੰ, ਉਧਰ ਮੈਂ ਆਪਣੀਆਂ ਭਰਜਾਈਆਂ ਨੂੰ ਮਿਲ ਕੇ ਆਇਆ, ਮੈਂ ਕਿਹਾ ਕਰਛੀ ਮਾਰੀ ਜਾਂਦੀ ਉਹ ਰਾਜ, ਉਹ ਮੇਰੇ ਕੋਲ ਹੋਰੇ ਆਉਣਾ ਨਹੀਂ ਆਉਣਾ, ਮੈਂ ਅੰਮਾ ਨੂੰ ਮਿਲ ਕੇ ਆਇਆ ਸਾਰਿਆਂ ਨੂੰ, ਕਹਿੰਦੇ ਤੂੰ ਤਾਂ ਸਾਡੇ ਵਾਲਾ ਹੀ ਸੁਭਾਅ ਹੈ, ਅਤੇ ਮੈਂ ਕਿਹਾ ਜਦੋਂ ਆਈ ਤੁਹਾਡਾ ਹਾਂ ਬਿਲਕੁਲ ਆਈ ਤੁਹਾਡਾ ਵਾ, ਅਤੇ ਸੁਭਾਅ ਤੁਹਾਡੇ ਵਾਲਾ ਖੂਨ ਦਾ ਰਿਸ਼ਤਾ ਹੈ। ਆਹ ਮੈਂ ਚਾਚੇ ਨੂੰ ਕਿਹਾ, ਮੈਂ ਚਾਚਾ ਤੇਰੀ ਸ਼ਕਲ ਬਿਲਕੁਲ ਮੇਰੇ ਪਿਤਾ ਵਰਗੀ, ਅਤੇ ਉਹਦਾ ਕਹਿੰਦਾ ਫਿਰ ਮੇਰਾ ਭਰਾ ਹੋਇਆ ਖੂਨ ਦਾ ਰਿਸ਼ਤਾ, ਸ਼ਕਲ ਕਿਉਂ ਨਾ ਹੋਵੇ, ਇਹ ਗੱਲ ਹੈ। ਮੈਂ ਵੀ ਬੜਾ ਜਵਾਨ ਸਾਂ, ਬਿਮਾਰੀ ਲੈ ਗਈ, ਬਜ਼ੁਰਗ ਤੁਹਾਡਾ 6 ਫੁੱਟ ਤੇ 3 ਜਾਂ 2 ਇੰਚ ਕੱਦ ਹੈ ਸਿਰ, ਕੌਡੀ ਨਹੀਂ ਖੇਡ ਸਕਦਾ ਮੇਰੇ ਬਰਾਬਰ, ਕੌਡੀ ਮੈਂ ਵੀ ਬੜੀ ਕੌਡੀ ਬੜੀ ਕੌਡੀ ਖੇਡੀ, ਓਏ ਹੋਏ ਬੰਦੇ ਨੂੰ ਮਾਰਦੇ ਆ ਚੁੱਕ ਲੈ ਜਾਂਦੇ। ਤੇ ਜਦ ਜਾਫੀ ਸੋ ਕੇ ਰੇਡਰ ਸੋ ਕੌਡੀ ਵੀ ਪਾ ਲੈਂਦਾ, ਹਾਂ ਜਾਫਾ ਵੀ ਪਾਉਂਦਾ। ਅੱਛਾ ਅੱਛਾ, ਅਜਾ ਇੱਕ ਗੱਲ ਹੋਰ, ਮੈਂ ਸਲਾਹ ਵਧੀਆ ਕੀ ਕਰਦੇ ਸੋ, ਇੱਕ ਨਵੀਂ ਗੱਲ ਸੋ, ਕੌਡੀ ਖੇਡਦਾ। ਅੱਛਾ ਠੀਕ ਹੈ, ਖਿੱਚੀ ਚੱਲ ਤੂੰ, ਮੈਂ ਨਵੀਂ ਨਹੀਂ, ਜਿਹੜਾ ਇਹ ਇਹਦਾ ਚਾਚੇ ਦਾ ਪਿਤਾ ਸੀ ਇਹ ਤਖਤ ਸਿੰਘ, ਉਹ ਬੜਾ ਜਵਾਨ ਸੀ ਅਤੇ ਸੋਹਣਾ ਬੜਾ ਸੀ, ਅਤੇ ਜਿਹੜਾ ਮੇਰਾ ਤਾਇਆ ਤਾਰਾ ਸਿੰਘ ਆ, ਉਹਨੇ ਜਿਹੜਾ ਪਹਿਲਾ ਵਿਆਹ ਕੀਤਾ ਸੀ ਉਹ ਸਾਡੀ ਤਾਈ ਥੋੜ੍ਹੀ ਕੋਈ ਵਿਚਾਰੀ ਮਾੜੀ ਹੋਏਗੀ ਜਾਂ ਕੋਈ ਉਹ ਜੀ ਵਿਚਾਰੀ ਸਿੱਧਰੀ ਜੀ ਹੋਏਗੀ, ਅਤੇ ਇਹਦਾ ਬਾਬੇ ਜਿਹੜਾ ਮੇਰਾ ਮੇਰਾ ਦਾਦਾ ਸੀ ਤਖਤ ਸਿੰਘ, ਬਾਬਾ ਚਾਚੇ ਬੂਟੇ ਦਾ ਪਿਓ, ਉਹ ਤਾਈ ਨੂੰ ਚੁੱਕ ਲਿਆ ਹੋਰ ਕਿਸੇ, ਉਹਦੇ ਪਿੱਛੋਂ ਕੁੜੀ ਸੀ ਇੱਧਰੋਂ ਕਿਤੇ, ਉਹ ਸੋਹਣੀ ਬੜੀ, ਉਹਨੇ ਅੱਗੇ ਤਖਤ ਸਿੰਘ ਵੀ ਬੜਾ ਸੋਹਣਾ, ਜੋ ਲੈ ਉੱਥੋਂ ਉਹਨੇ ਆਉਂਦਿਆ ਸਰ ਰਾਤ ਨੂੰ ਤਾਏ ਦੇ ਪੱਲੇ ਪਾ ਦਿੱਤੇ, ਤਾਏ ਦੇ ਪੱਲੇ ਪਾ ਦਿੱਤੇ, ਉਹ ਆਖੇ ਰਾਤੀ ਜਿਹੜਾ ਬੰਦਾ ਲੈ ਕੇ ਉਹਦੇ ਸੁੰਦਰ ਬੜਾ ਜਵਾਨ ਹੈ, ਅਤੇ ਇਹ ਕੰਜਕ ਕਾਣਾ ਜਿਹਾ ਮੇਰੇ ਮੱਥੇ ਮਾਰਿਆ ਜੀ, ਇਹ ਵੀ ਚਾਚਾ ਇਹ ਵੀ ਗੱਲ ਹੈ, ਕਹਿੰਦੀ ਇਹ ਕਾਣਾ ਇੱਕ ਅੱਖ ਭੀੜ ਦਾ, ਉਹ ਤਾਂ ਜਵਾਨ ਘੋੜੀ ਦੇ ਪਾ ਕੇ ਲਿਆ ਮੈਨੂੰ, ਐਡਾ ਜਵਾਨ ਅਤੇ ਸੁੰਦਰ, ਅਤੇ ਸਵੇਰੇ ਗਿਆਨੀ ਰਾਲੇ ਤੇਰੇ ਪਿਓ ਨੂੰ ਲਿਖਾ ਲਿਆ, ਕਹਿੰਦੀਆਂ ਨਹੀਂ ਨੋ ਉਹ ਗਿਆਨੀ ਆਖੇ ਇਸ ਇਸ ਉਹਨਾਂ ਦਾ, ਉਹ ਕਹਿੰਦੇ ਨਹੀਂ ਭੁਲੇਖਾ ਲੱਗਾ, ਹਨੇਰੀ ਰਾਤ ਸੀ, ਇਹੀ ਸੀ ਇਹੀ ਸੀ ਹਨੇਰੀ ਰਾਤ ਸੀ, ਉਹ ਤਖਤ ਸਿੰਘ ਨੂੰ ਲੁਕਾ ਦਿੱਤਾ, ਇਹਨੇ ਤੈਨੂੰ ਚੰਬੜ ਜਾਣਾ, ਤੂੰ ਤਾਰੇ ਦੇ ਪੱਲੇ ਪਾ, ਤੂੰ ਤਾਏ ਉਹ ਤਾਇਆ ਜਾਂਦਾ ਸੀ ਤੁਹਾਡਾ ਉੱਥੇ, ਤੂੰ ਉਹਨੂੰ ਕਹਿੰਦੇ ਉਹ ਕਹਿੰਦੇ ਕੰਮ ਤਖਤ ਸਿੰਘ ਕਰੇਗਾ, ਜ਼ਿਆਦਾ ਸੁੰਦਰ ਸੀ ਕਰਦੇ ਹੌਲੀ ਕਰਦਾ, ਇਹ ਕਰੇਗਾ ਤਖਤ, ਉਹ ਤਖਤ ਸਿੰਘ ਚੁੱਕ ਲਿਆ ਸਾਡੀ ਕੁੜੀ, ਉਹ ਸਾਡੀ ਵੱਡੀ, ਉਹ ਮਤਲਬ ਉੱਥੇ ਨੇੜੇ ਵਿਆਹੀ ਹੈ, ਮੈਂ ਕਿਹਾ ਕਿ ਇੱਕ ਤਾਂ ਸਾਡੀ ਤਾਈ ਦੀ ਕੁੜੀ ਪਿੱਛੋਂ ਦਾਜ ਤਾਈ, ਚਾਚਾ ਤਖਤ ਸਿੰਘ ਲੈ, ਦਾਦਾ ਤਖਤ ਸਿੰਘ ਲਿਆ ਚੁੱਕ ਕੇ, ਇਹਨਾਂ ਦੋਵਾਂ ਭਰਾਵਾਂ ਤੇਰੇ ਪਿਓ ਅਤੇ ਤਾਏ ਨੇ ਹਾਲ ਦਿੱਤੇ, ਹਾਂਜੀ ਉਹਦੇ ਮਗਰ ਖੁਰੇ ਪਿੱਛਾਂ ਬੰਦਾ ਘੱਲਿਓ, ਜੀ ਆ ਗਿਆ ਘੋੜੀ ਦੀ ਚੰਗਾ ਭਲਾ ਸਿੱਖ, ਘੋੜੀ ਬੰਨ ਕੇ ਗਿਆ ਹੁੰਦਾ ਤਾਂ ਬੁੱਢਣ ਲੱਗ ਗਿਆ ਭਲਾ, ਉਹਨੇ ਡਾਂਗ ਲਿਆ ਉਹਦੇ ਨੂੰ ਘੋੜੀ 'ਚ ਚੜ ਕੇ ਭੱਜ ਬਣਾ ਲਿਆ, ਉਹਨੇ 2 ਡਾਂਗਾਂ ਮਾਰੀਆਂ ਉਸ ਦਿਨ ਦੇ ਉੱਤੇ ਜਾ ਕੇ, ਉਹ ਤੋਂ ਮਗਰ ਉਹ ਨਹੀਂ ਆਇਆ। ਵਾਹ ਜੀ ਵਾਹ ਵਾਹ।
ਪੂਰੀ ਵੀਡੀਓ ਬਣਾ ਲਾ ਵੇਲਾ ਰਿਕਾਰਡ ਸਾਰਾ ਰਜਾਦੇ ਦਾ ਸੁਣਾਉਣ ਦਿਆ ਚੱਲੋ ਅਸਲ ਇੰਟਰਵਿਊ ਨੇ ਹੈ ਤੁਹਾਡਾ ਬਾਅਦ ਵਿੱਚ ਕਰਨਾ ਚਲੋ ਉਹ ਯਾਰ ਆ ਜਿਹੜਾ ਨਜ਼ਾਰਾ ਇਹ ਨਹੀਂ ਆਉਣੀ ਮੇਰੇ ਕੋਲ ਇਹ ਤੇ ਬਗੈਰ ਸਵਾਲ ਕਰਨ ਤੋਂ ਮੈਨਾਂ ਉਹਦੇ ਵਿੱਚ ਮੈਂ ਸਵਾਲ ਕਰਾਂਦਾ ਤੁਹਾਨੂੰ ਇਹ ਅਸਲ ਗੱਲਾਂ ਆਈ ਨੇ ਆ ਗੱਲਾਂ ਅਸਲੀ ਇਹ ਅਸਲ ਗੱਲਾਂ ਆਏ ਨੇ ਮੁੰਡਾ ਰਿਸ਼ਤਾ ਦੇ ਇੰਟਰਵਿਊ ਕੀ ਕਰੇਗਾ 5 ਸਾਲ ਮੇਰੇ ਕੋਲ ਝੂਠ ਵੱਜ ਜਾਣੇ ਆ ਅਸਲੀ ਚੀਜ਼ ਹੈ ਸਾਰੀ ਇਹ ਅਸਲੀ ਨਾ ਇਹਦੇ ਵਿੱਚ ਮੈਨੂੰ ਸਵਾਲ ਨਹੀਂ ਕਰਨਾ ਪੈਂਦਾ ਪਿਆ ਤਾਂ ਇਹ ਜਿਹੜੀਆਂ ਤੂੰ ਵੀ ਸੁਣ ਕੇ ਹੈਰਾਨ ਹੁੰਦਾ ਹੋਏ ਗੱਲ ਹਾਂਜੀ ਬਿਲਕੁਲ ਇਹ ਖੂਨ ਦਾ ਰਿਸ਼ਤਾ ਬਿਲਕੁਲ ਬਿਲਕੁਲ ਪਿਆਰ ਹੈ ਜਦੋਂ ਦੱਸਾਂ ਮੈਂ ਮੇਰੇ ਸੇਵਾਦਾਰ ਸਾਹਿਬ ਗੱਡੀ 'ਚ ਬੈਠੇ ਆ ਪਿੱਛਾ ਕਿਹੜਾ ਪੈਂਦਾ ਤੁਹਾਡਾ ਨਹੀਂ ਦੁਸ਼ਹਿਰਾ ਬਿਰਕਾਂ ਦਾ ਜਦੋਂ ਮੈਂ ਇੱਥੇ ਆਇਆ ਤਾਂ ਉਹ ਲੈ ਕੇ ਆਇਆ ਮੇਰਾ ਪੁੱਤਰ ਵੱਡਾ ਅਤੇ ਉਹ ਕਹਿੰਦਾ ਮੈਂ ਉਹਨੂੰ ਆਪਣੇ ਸੇਵਾਦਾਰ ਨੂੰ ਮੈਂ ਕਿਹਾ ਸੱਚੀ ਗੱਲ ਦੱਸਿਆ ਜੇ ਮੈਨੂੰ ਤਾਂ ਦੱਸਿਆ ਇਸ ਧਰਤੀ 'ਚੋਂ ਵਾਸ਼ ਨਾ ਆ ਰਹੀ ਹੈ ਜਿਉਂ ਜਿਉਂ ਰਜਾਦਾਂ ਨੇੜੇ ਆ ਰਹੇ ਮੈਨੂੰ ਖਿੱਚ ਪੈਰੀ ਹੌਲ ਉੱਠ ਰਹੇ ਨੇ ਤੁਸੀਂ ਡਰਦੇ ਤਾਂ ਨਹੀਂ ਕਿਤੇ ਦੋਵੇਂ ਜਿਹੜੇ ਪਿੱਛੇ ਪਿੰਡ ਬਾਬਾ ਕਿੱਧਰ ਲਈ ਜਾਂਦਾ ਕਿਤੇ ਮੈਂ ਮੁਸਲਮਾਨਾਂ ਦਾ ਪਿੰਡ ਲਈ ਜਾਂਦਾ ਕਿਤੇ ਬਾਹਰ ਜਾਂਦਾ ਮੈਂ ਕਿਹਾ ਮੇਰੇ ਤਾਂ ਦਾਦੇ ਪੜਦਾਦੇ ਉੱਥੇ ਕਹਿੰਦੇ ਨਹੀਂ ਨਹੀਂ ਅਸੀਂ ਤੇਰੇ ਨਾਲ ਹੀ ਹਾਂ ਮੈਂ ਕਿਹਾ ਮੇਰਾ ਖੂਨ ਡਰ ਤਾਂ ਮੈਨੂੰ ਖਿੱਚ ਪੈ ਰਹੀ ਹੈ 47 ਏਰੀਆ ਦਾ ਲੋਕਾਂ ਨੇ ਨਾ ਆਪਣੇ ਅੰਦਰ ਮਾੜਾ ਮੋਟਾ ਡਰ ਪਾਏ ਆ ਸੱਚ ਚੱਫ ਜੀ ਕੋਈ ਗੱਲ ਨਹੀਂ ਹੈ ਮੈਂ ਕਿਹਾ ਤੂੰ ਸੁਣ ਹੀ ਰਿਹਾ ਮੇਰੇ ਉਹੀ ਉਹੀ ਜੋ ਤੁਸੀਂ ਦੱਸ ਦਿਓ ਬਿਲਕੁਲ ਸੱਚ ਹੈ ਸੱਚਾਈ ਬਿਲਕੁਲ ਮੇਰੇ ਚਾਚੇ ਨੇ ਗੱਲ ਸੁਣਾਈ ਸੀ ਉਹ ਤਹਿਸੀਲਦਾਰ ਨੇ ਬਿਨ ਪਾਣੀ ਤੋਂ ਦੁੱਧ ਪੀਤਾ ਮੇਰੇ ਜ਼ਮੀਨ ਲਾਏ ਬਿਨ ਇਹ ਬਿਨ ਪਾਣੀ ਤੋਂ ਚੱਲ ਰਹੀਆਂ ਨੇ ਅੰਦਰੋਂ ਹਾਂਜੀ ਹਾਂਜੀ ਜਿਹੜੀਆਂ ਬੀਤੀਆਂ ਨੇ ਵੱਡਿਆਂ ਦੇ ਸਾਡੇ ਜੋ ਸੁਣੀਆਂ ਨੇ ਉਹਨਾਂ ਦੇ ਕੋਲੋਂ ਸੁਣੀਆਂ ਬਿਲਕੁਲ ਦਾਦੇ ਪੜਦਾਦਿਆਂ ਦੀ ਮੇਰੀ ਮਾਂ ਨਹੀਂ ਦੀ ਗਲੀ ਦੇ ਵਿੱਚੋਂ ਮਾੜਾ ਬੰਦਾ ਕੋਈ ਲੰਘ ਹੀ ਨਹੀਂ ਸਕਦਾ ਇੰਨੀ ਕਿਰਪਾ ਸੀ ਇੰਨੀ ਮੱਲੀਆਂ ਦੇ ਤਿਰ ਜਾ ਜਿਹੜਾ ਇਹਨਾਂ ਦਾ ਦਾਦਾ ਜਿਹੜਾ ਇਹਨਾਂ ਦਾ ਪੜਦਾਦਾ ਸੀ ਉਹਦੀ ਤਾਂ ਪੱਗ ਜਾਂਦੀ ਕਿਤੇ ਪੰਚਾਇਤ ਕਹਿੰਦਾ ਪੱਗ ਲੈ ਜਾਓ ਮੇਰੀ ਅਤੇ ਫੈਸਲਾ ਹੋ ਜਾਏਗਾ ਜਿੱਦਾਂ ਇੰਨੀ ਤਾਕਤ ਸੀ ਜੱਟ ਦੇ ਅੰਦਰ ਮੇਰੀ ਅੰਮਾ ਦੱਸਦੀ ਹੈ ਕਦੀ ਅਸੀਂ ਉਹਨਾਂ ਦਾ ਅਸੀਂ ਤਾਂ ਬੜੀ ਬਾਅਦ ਵਿੱਚ ਉੱਠੇ ਹਾਂ ਬਹੁਤ ਸਮੇਂ ਤੋਂ ਬਾਅਦ ਦੁਨੀਆ ਟੁਰ ਗਈ ਸੀ ਉਹ ਜਾਣ ਨਾ ਦੇਵਿਆ ਕਿ ਮੇਰੇ ਭਤੀਜੇ ਮੈਂ ਨਹੀਂ ਜਾਣ ਦੇਣਾ ਮੈਂ ਉੱਠਣ ਨਹੀਂ ਦੇਣਾ ਖੀਰ ਪੇ ਫੌਜ ਆਈ ਇੱਥੇ ਗੱਡੀ ਲੈ ਕੇ ਫੌਜ ਆਈ ਕਹਿਣ ਲੱਗੇ ਸੁਣਦਾ ਆਪਣੇ ਗੁਲਾਮ ਆਉਂਦਾ ਤੂੰ ਤਾਂ ਮੁਸਲਮਾਨ ਬਣ ਗਿਆ ਅਤੇ ਇਹਨਾਂ ਨੂੰ ਟੋਰ ਤਾਂ ਹੁਣ ਨਹੀਂ ਇਹ ਬਣਨੇ ਕਹਿੰਦਾ ਮੈਂ ਬਣਾ ਕਹਿੰਦਾ ਨਹੀਂ ਮੰਡੇ ਫਿਰ ਤੂੰ ਅੰਜ ਕਰ ਇਹਨੂੰ ਕੈਂਪ ਫਿਰ ਉਹ ਦੱਸਾਂ ਸਾਡਾ ਦਾਦਾ ਉਹ ਫਿਰ ਮਤਲਬ ਗੁਲਾਮ ਆਵਾਂਦਾ ਸੁੰਦਰ ਸਿੰਘ ਫਿਰ ਉਹ ਸੱਚੇ ਸੌਦੇ ਛੱਡ ਕੇ ਆਇਆ ਹਾਂ ਚਲੋ ਸਾਰੀਆਂ ਟੁੱਕਰ ਦਿਖ ਰਹੀ ਹੁਣ ਫਿਰ